ਸਾਬਕਾ ਅਕਾਲੀ ਆਗੂ ਤੇ ਐਸਜੀਪੀਸੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਜਬਰ ਜਨਾਹ ਤੇ ਧੋਖਾਧੜੀ ਮਾਮਲੇ 'ਚ ਬਰੀ ਕਰ ਦਿੱਤਾ ਹੈ। ਇਹ ਫੈਸਲਾ ਗੁਰਦਾਸਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਸੁਣਾਇਆ ਹੈ। ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਹੀ ਇੱਕ ਔਰਤ ਨੇ 28 ਸਤੰਬਰ 2017 ਨੂੰ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਮਲੇ ਦੀ ਜਾਂਚ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਅਤੇ ਇੰਸਪੈਕਟਰ ਸੀਮਾ ਦੇਵੀ ਨੂੰ ਸੌਂਪੀ ਗਈ ਸੀ। ਇਹਨਾਂ ਦੋਵਾਂ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਕਾਨੂੰਨੀ ਰਾਏ ਲੈਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ 376, 384, 420 ਅਤੇ 506 ਆਈਪੀਸੀ ਦੀਆਂ ਧਾਰਾਵਾਂ ਤਹਿਤ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ 'ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕੇਸ 'ਚ ਸ਼ਿਕਾਇਤਕਰਤਾ ਮਹਿਲਾ ਅਦਾਲਤ 'ਚ ਮਈ 2018 'ਚ ਆਪਣੇ ਬਿਆਨਾਂ ਤੋਂ ਪਲਟ ਗਈ ਸੀ ਤੇ ਉਸਨੇ ਅਦਾਲਤ 'ਚ ਬਿਆਨ ਦਿੱਤਾ ਸੀ ਕਿ ਪੁਲਿਸ ਨੇ ਸਾਰਾ ਕੇਸ ਝੂਠਾ ਬਣਾਇਆ ਅਤੇ ਜਿਸ ਵੀਡੀਓ ਦੀ ਗੱਲ ਕੀਤੀ ਜਾ ਰਹੀ ਹੈ ਉਸ 'ਚ ਉਹ ਨਹੀਂ ਹੈ ਅਤੇ ਨਾ ਹੀ ਉਸਦਾ ਇਸ ਕੇਸ ਨਾਲ ਕੋਈ ਸੰਬੰਧ ਹੈ। ਅੱਜ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਵਕੀਲਾਂ ਦੀਆਂ ਦਲੀਲਾਂ ਤੇ ਗਵਾਹੀਆਂ ਦੇ ਆਧਾਰ ਤੇ ਲੰਗਾਹ ਤੇ ਲੱਗੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਜਦ ਅਦਾਲਤ 'ਚ ਫੈਸਲਾ ਸੁਣਾਇਆ ਗਿਆ ਤਾਂ ਸੁੱਚਾ ਸਿੰਘ ਲੰਗਾਹ ਵੀ ਅਦਾਲਤ 'ਚ ਹਾਜ਼ਰ ਸਨ। ਅੱਜ ਜੋ ਮੈਨੂੰ ਇਨਸਾਫ ਮਿਲਿਆ ਕੋਰਟ ਵਿੱਚੋਂ, ਮੈਂ ਪਰਮਾਤਮਾ ਦਾ ਧੰਨਵਾਦ ਕਰਨਾ ਵਾਂ ਕਿ ਮੈਨੂੰ ਉਸ ਖੂਹ ਵਿੱਚੋਂ ਕੱਢਿਆ ਵਾ ਜਿੱਥੋਂ ਆਮ ਲੋਕ ਕਹਿੰਦੇ ਸੀ ਸਾਡੇ ਦੁਸ਼ਮਣ ਵੀ ਹੁਣ ਲੰਗਾਹ ਜਿੰਦਾ ਨਹੀਂ ਨਿਕਲੂਗਾ। ਜਿਵੇਂ ਪੂਰਨ ਭਗਤ ਜਿਹੜਾ ਵਾ ਖੂਹ ਵਿੱਚੋਂ ਉਹਦੇ ਹੱਥ ਪੈਰ ਵੱਢ ਦਿੱਤੇ ਅਤੇ ਨਿਕਲਿਆ ਨਾ, ਇਸੇ ਤਰ੍ਹਾਂ ਪਰਮਾਤਮਾ ਨੇ ਮੈਨੂੰ ਕੱਢਿਆ ਵਾ। ਮੈਂ ਅਕਾਲ ਪੁਰਖ ਪਰਮੇਸ਼ਰ ਨਿਰੰਕਾਰ ਦਾ ਧੰਨਵਾਦ ਕਰਨਾ ਵਾਂ। ਕਾਂਗਰਸ ਵਾਲਿਆਂ ਨੇ ਬਹੁਤ ਬੁਰਾ ਫੈਸਲਾ ਕੀਤਾ ਵਾ, ਇਹ ਇੱਕ ਰਾਹ ਬਣਾ ਲਿਆ ਵਾ ਮੇਰੇ 'ਤੇ ਪਰਚਾ ਕਰਕੇ। ਮੈਂ ਸਮਝਣਾ ਮੈਂ ਤਾਂ ਗਿਆ ਵਾਂ ਬਚ, ਪਰ ਇਹੋ ਜਿਹੇ ਪਰਚੇ ਵਿੱਚ ਕੋਈ ਬੰਦਾ ਬਚ ਨਹੀਂ ਸਕਦਾ। ਧੀਆਂ ਸਾਹਮਣੇ, ਨੂੰਹਾਂ ਸਾਹਮਣੇ, ਪੁੱਤਰਾਂ ਸਾਹਮਣੇ, ਵਰਕਰਾਂ ਸਾਹਮਣੇ ਮੂੰਹ ਵਿਖਾਉਣ ਦੀ ਬਜਾਏ ਲੋਕ ਮਰ ਜਾਂਦੇ ਨੇ। ਪਾਰਲੀਮੈਂਟ ਦੀ ਇਲੈਕਸ਼ਨ ਜਿੱਤਣ ਲਈ ਮੇਰੇ 'ਤੇ ਝੂਠਾ ਕੇਸ ਬਣਾਇਆ ਸੀਗਾ ਜਿਹਦਾ ਅੱਜ ਮੈਨੂੰ ਇਨਸਾਫ ਮਿਲਿਆ। ਔਰ ਮੈਂ ਸਮਝਦਾ ਵਾਂ ਕਿ ਜਿਸ ਰਸਤੇ 'ਤੇ ਤੁਸੀਂ ਇਹ ਫੈਸਲਾ ਲਿਆ ਵਾ, ਇਸ ਰਸਤੇ ਤੋਂ ਨਾ ਤੁਹਾਡਾ ਪੁੱਤਰ ਬਚ ਸਕਦਾ, ਆਪਣੇ ਅੰਦਰ ਝਾਤੀ ਮਾਰ ਲਓ, ਨਾ ਧੀ ਬਚ ਸਕਦੀ ਹੈ, ਨਾ ਘਰਵਾਲੀ ਬਚ ਸਕਦੀ ਹੈ, ਨਾ ਤੁਸੀਂ ਖੁਦ ਆਪ ਬਚ ਸਕਦੇ ਹੋ। ਇਹੋ ਜਿਹੇ ਪਰਚੇ ਜਿਹੜੇ ਨੇ ਜਿਸ ਮਰਜ਼ੀ ਬੰਦੇ ਨੂੰ ਖਿਲਾਰ ਕੇ ਅਤੇ ਬਣਾਏ ਜਾਣ ਔਰ ਉਹਨੂੰ ਬੇਇੱਜ਼ਤ ਕੀਤਾ ਜਾਵੇ, ਮੈਂ ਸਮਝਦਾ ਕਿ ਇਹਦੋਂ ਬੁਰਾ ਫੈਸਲਾ, ਇਹਦੋਂ ਬੁਰੀ ਗੱਲ ਜਿਹੜੀ ਹੈ ਹੋਰ ਕੋਈ ਦੁਨੀਆ 'ਤੇ ਹੋ ਹੀ ਨਹੀਂ ਸਕਦੀ, ਜੋ ਇਹਨਾਂ ਨੇ ਕਾਂਗਰਸ ਨੇ ਆਪਣੇ ਪਾਰਲੀਮੈਂਟ ਜਿੱਤਣ ਲਈ ਮੇਰੇ ਨਾਲ ਕੀਤੀ ਸੀਗੀ। ਜਿਸ ਪਾਰਟੀ ਦਾ ਮੈਂ ਵਰਕਰ ਰਿਹਾ ਵਾਂ ਉਸ ਪਾਰਟੀ ਦੇ ਹੱਥ ਪੈਰ ਬੰਨ ਦਿੱਤੇ ਇੱਕ ਧਾਰਮਿਕ ਫੈਸਲੇ ਨਾਲ, ਮੇਰੇ ਮਗਰ ਕੋਈ ਵੀ ਨਾ ਆਵੇ। ਪਰ ਫਿਰ ਵੀ ਮੈਂ ਸਮਝਣਾ ਲੱਖਾਂ ਵਰਕਰਾਂ ਨੇ ਖੰਡ ਪਾਠ ਕਰਵਾਏ, ਦੁਆਵਾਂ ਦਿੱਤੀਆਂ, ਮੈਨੂੰ ਹੌਸਲੇ ਦਿੱਤੇ, ਪਤਾ ਨਹੀਂ ਉਹਨਾਂ ਨੇ ਕੀ ਰੱਬ ਦਾ ਤਰਲਾ ਮਾਰਿਆ ਔਰ ਅੱਜ ਮੈਂ ਲੋਕਾਂ ਦੇ ਸਾਹਮਣੇ ਆ ਸਕਿਆ ਵਾਂ। ਮੈਂ ਸਮਾਜ ਦਾ ਵੀ ਧੰਨਵਾਦ ਕਰਨਾ ਵਾਂ ਇਸ ਵਿਪਤਾ ਵੇਲੇ ਜਿਨ੍ਹਾਂ ਮੇਰਾ ਸਾਥ ਦਿੱਤਾ ਹੈ, ਪਰਮਾਤਮਾ ਦਾ ਵੀ ਧੰਨਵਾਦ ਕਰਨਾ ਵਾਂ। ਔਰ ਕਾਂਗਰਸ ਨੂੰ ਕਹਿੰਦਾ ਕਿ ਤੁਸੀਂ ਇੱਕ ਗਲਤ ਪਾਸੇ ਗਲਤ ਰਸਤੇ ਪੈ ਗਏ ਹੋ ਜਿਹਦਾ ਸਫ਼ਰ ਤੁਹਾਨੂੰ ਭੁਗਤਣਾ ਬੜਾ ਔਖਾ ਪਵੇਗਾ। ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ, ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਇਹੋ ਜਿਹੇ ਗੰਦੇ ਬੰਦੇ ਜਿਨ੍ਹਾਂ ਨੇ ਮੇਰੇ 'ਤੇ ਕੇਸ ਬਣਾਇਆ, ਇਹੋ ਜਿਹਾਂ ਦੇ ਇਤਿਹਾਸ ਦਾ ਪਤਾ ਕਰੋ ਕਿ ਅੱਜ ਹਲਕਿਆਂ 'ਚ ਕੀ ਕਰ ਰਹੇ ਨੇ, ਕਲੰਕ ਪੈਦਾ ਕਰ ਰਹੇ ਨੇ, ਝੂਠੇ ਲੋਕਾਂ ਦੇ ਪਰਚੇ ਦਰਜ ਕਰਵਾ ਰਹੇ ਨੇ, ਲੋਕਾਂ ਨੂੰ ਜਲੀਲ ਕਰ ਰਹੇ ਨੇ, ਕਾਂਗਰਸ ਦੇ ਮੱਥੇ 'ਤੇ ਕਲੰਕ ਲਾ ਰਹੇ ਨੇ। ਇਹਨਾਂ ਨੇ ਸਾਰੇ ਕਾਨੂੰਨ ਦੇ ਹੱਦ ਬੰਨੇ ਜਿਹੜੇ ਆ ਟੱਪ ਗਏ ਨੇ। ਪਰ ਮੈਂ ਫਿਰ ਵੀ ਅਫਸੋਸ ਵਿੱਚੋਂ ਦੀ ਨਿਕਲਦਾ ਹੋਇਆ ਸਾਰੇ ਸਮਾਜ ਦਾ ਧੰਨਵਾਦ ਕਰਨਾ ਕਿ ਤੁਹਾਡੀ ਆਸ਼ੀਰਵਾਦ ਦੇ ਨਾਲ ਮੈਂ ਇਸ ਖੂਹ ਵਿੱਚੋਂ ਨਿਕਲਿਆ ਵਾਂ ਔਰ ਮੈਨੂੰ ਬਹੁਤ ਗਿਆਨ ਮਿਲਿਆ, ਮੈਨੂੰ ਬਹੁਤ ਇਹਦੇ ਵਿੱਚੋਂ ਐਸੀ ਸ਼ਕਤੀ ਮਿਲੀ ਹੈ ਕਿ ਮੈਂ ਜੋ ਜਵਾਨੀ ਵੇਲੇ ਕੰਮ ਕੀਤੇ ਸੀਗੇ ਉਹਦੇ ਨਾਲੋਂ ਅੱਜ ਵੱਧ ਸ਼ਕਤੀ
मेरे विच परमात्मा ने भरी है। मैं काम करके इस दा जवाब देने लई तैयार हाँ और आने वाले समय में जवाब देवांगे कांग्रेस नूं करारा भावें लख मुसीबतां दा मैनूं सामना करना। प्रेम कुमार एडिशनल सैशन जज गुरदासपुर जी ने सुचा सिंह लगा उन्हां दे केस विच फैसला सुनदे हुए उन्हां नूं क्विट कर दिता, सारे दोषों तो उन्होंने बरी कर दिता। अज इस दी सुनवाई हुई और बहस के दौरान तो बाद जज साहब ने अपना फैसला सुनाते हुए सरदार सुचा सिंह लंगा जो कि सबका मंत्री सन उन्होंने उन्होंने उत्ते पे हुए जो 376 का केस रेडवे 295 वो क्विट कर दिता। एक केस देख लो 2017 का जो FIR हुई उस तो बाद चलिया इन्नी देर तक चलान पेश होया, चलान तो बाद 23 गवाहियां कराइयां प्रोसीक्यूशन ने श्री प्रेम कुमार जी ने एडिशनल सैशन जज गुरदासपुर उन्हां दी अदालत वल्लों इह फैसला सुनाया गया। लंगा ने पत्रकारां नाल गल करदे होए कहा है कि उस नूं देश दी न्यायपालिका ते पूरा विश्वास रहा अते न्यायपालिका ने उस नूं इंसाफ दित्ता है। गुरदासपुर तों रिशपाल सिंह खबर हरपल इंडिया लई।